ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ। ਅੱਜ ਦੀ ਵੀਡੀਓ ਹੈ ਜਿਹੜੀ ਆਪਣੇ ਚਾਚੇ ਦੇ ਮੁੰਡੇ ਨੇ ਬੀਜਿਆ, ਉਹਨੇ ਵੀਡੀਓ ਭੇਜੀਆਂ ਸੀ ਅਤੇ ਉਹਦੀ ਪਾ ਰਹੇ ਹਾਂ ਆਪਾਂ। ਬਹੁਤ ਡਿਮਾਂਡ 'ਚ ਰਹਿਣ ਵਾਲਾ, ਲਗਾਤਾਰ ਚਰਚਾ ਦੇ ਵਿੱਚ ਰਹਿਣ ਵਾਲਾ 7 ਤੋਂ 8 ਸਾਲਾਂ ਦੇ ਵਿੱਚ, ਹੈ ਨਾ। 9 ਸਾਲ ਹੀ ਹੋ ਗਏ ਹੋਣੇ ਜਦੋਂ ਇਹ CR-212 ਲਾਂਚ ਹੋਇਆ ਸੀ, ਤਹਿਲਕਾ ਮਚਾਤਾ ਸੀ ਇਹਨੇ। ਸਾਡਾ ਮਾਨਸਾ ਗਿੱਦੜਵਾਹਾ ਮੇਨ ਇਹ ਲਾਂਚ ਕੀਤਾ ਸੀ, ਪੰਜਾਬ ਸੀਡ ਗਿੱਦੜਵਾਹਾ ਵਾਲਿਆਂ ਨੇ, ਹੈ ਨਾ। ਹੁਣ ਤਾਂ ਤਰ੍ਹਾਂ ਤਰ੍ਹਾਂ ਦੀਆਂ ਫਰਮਾਂ ਬਣੀਆਂ ਹੋਈਆਂ, ਤਾਂ ਬੀਜ ਤੁਹਾਨੂੰ ਈਜ਼ੀਲੀ ਮਿਲ ਜਾਂਦਾ। ਪਰਮਲ ਝੋਨਾ ਜੀ ਇਹ, ਠੀਕ ਹੈ। ਸਮੇਂ ਦੀ ਗੱਲ ਕਰੀਏ, 140-145 ਦਿਨ ਲੈ ਜਾਂਦਾ। ਫੰਗਸ ਇਹਨੂੰ ਪੈਂਦੀ ਨਹੀਂ, ਸੀਥ ਬਲਾਈਟ ਨਹੀਂ ਇਹਨੂੰ ਪੈਂਦਾ, ਡਿੱਗਦਾ ਨਹੀਂ, ਕੱਦ ਠੀਕ ਹੁੰਦਾ। ਦਾਣੇਦਾਰ 'ਚ ਵਜ਼ਨ ਇੰਨਾ ਕੁ ਜ਼ਿਆਦਾ ਹੁੰਦਾ ਕਿ ਇਹ 85 ਤੋਂ ਲੈ ਕੇ 100 ਮਣ ਵੀ ਚੜਿਆ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਇਹਦੀ ਸੋਧ ਕਰਤੀ ਸੁਪਰ 212, ਜਿਹੜਾ ਮੈਂ ਵੀ ਪਿਛਲੇ ਸਾਲ ਵੀ ਲਾਇਆ ਸੀ, ਉਦੋਂ ਪਿਛਲੇ ਸਾਲ ਵੀ ਲਾਇਆ ਸੀ। ਉਹ 2 ਸਾਲ ਤਾਂ ਰਿਹਾ ਵਧੀਆ, ਪਰ ਹੁਣ ਜਾ ਕੇ ਕਿਤੇ ਨਾ ਕਿਤੇ ਡਾਊਨ ਹੋ ਗਿਆ, ਹੈ ਨਾ। ਉਸ ਤੋਂ ਬਾਅਦ ਹੁਣ ਇਹਨਾਂ ਨੇ ਕੱਢਿਆ ਇੱਕ CR-321, ਉਹਦੀ ਵੀ ਗਰੰਟੀ ਦਿੰਦੇ ਨੇ ਇਹ ਵੀ 100 ਮਣ ਟੱਪੂਗਾ। ਪਰ 212 ਵਰਗਾ ਝੋਨਾ ਨਾ ਬਣਿਆ ਅਤੇ ਨਾ ਬਣਨਾ। ਸਾਡੇ ਪਿੰਡ ਹਜੇ ਵੀ ਇਹ ਬਹੁਤ ਲੱਗਦਾ ਅਤੇ ਹੋਰ ਏਰੀਆ ਦੇ ਵਿੱਚ ਵੀ ਲੱਗਦਾ ਹੋਊਗਾ। ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਜੇ ਤੁਸੀਂ ਪਹਿਲਾਂ ਲਾਇਆ ਸੀ ਤਾਂ ਕਿੰਨਾ ਨਿਕਲਿਆ ਸੀ, ਅਤੇ ਹੁਣ ਜਿਹੜਾ ਝੋਨਾ ਤੁਸੀਂ ਲਾ ਰਹੇ ਹੋ ਕਿਹੜਾ ਲਾ ਰਹੇ ਹੋ। ਬੀਜ ਨੂੰ ਚੰਗੀ ਤਰ੍ਹਾਂ ਭਿਉਂ ਕੇ ਉੱਤੇ ਫੰਗੀਸਾਈਡ ਲਾ ਕੇ ਸ਼ਾਮ ਵੇਲੇ ਛਿੱਟਾ ਦੇ ਦਿਓ, ਉੱਥੋਂ ਢੱਕ ਦਿਓ। ਵੀ ਜਰਮੀਨੇਸ਼ਨ ਇਹਦੀ ਬਹੁਤ ਸੋਹਣੀ ਹੁੰਦੀ ਹੈ, ਬਹੁਤ ਰਿਕਾਰਡ ਤੋੜ ਰਿਜ਼ਲਟ ਇਹਨੇ ਦਿੱਤੇ ਨੇ ਆ ਝੋਨੇ ਨੇ। ਧੋਖਾ ਨਹੀਂ ਦਿੱਤਾ, ਜਮਾਂ ਆਪਣੀਆਂ ਖਰਾ ਉਤਰਿਆ ਗੱਲਾਂ ਦੇ ਉੱਤੇ। ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ।